ਵੈਸੇ ਤਾਂ ਸਿੱਧੂ ਮੂਸੇਵਾਲਾ ਦੇ ਗਾਣੇ ਸਾਰੇ ਆਨਲਾਈਨ ਹੀ ਸੁਣ ਲੈਂਦੇ ਨੇ ਵੱਖ-ਵੱਖ ਪਲੇਟਫਾਰਮਸ ਤੇ ਪਰ ਅੱਜ ਵੀ ਜਿਹੜੇ ਬਜ਼ੁਰਗ ਨੇ ਆਨਲਾਈਨ ਗਾਣੇ ਨਹੀਂ ਸੁਣ ਸਕਦੇ ਜਾਂ ਜਿਨ੍ਹਾਂ ਨੂੰ ਗਾਣੇ ਡਾਊਨਲੋਡ ਕਰਨੇ ਨਹੀਂ ਆਉਂਦੇ ਉਹ ਬਜ਼ੁਰਗ ਦੁਕਾਨਾਂ ਤੇ ਜਾ ਕੇ ਸਿੱਧੂ ਮੂਸੇਵਾਲਾ ਦੇ ਗਾਣੇ ਪੈਨ ਡਰਾਈਵ ਦੇ ਵਿੱਚ ਪਰਵਾਉਂਦੇ ਨੇ ਤੇ ਘਰ ਆ ਕੇ ਉਹਨੂੰ ਸੁਣਦੇ ਨੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ 뮤직 ਕੋਰਨਰ ਨਾਮ ਦੀ ਇੱਕ ਸ਼ਾਪ ਹੈ ਜਿੱਥੇ ਅੱਜ ਵੀ ਪੁਰਾਣੇ ਟਾਈਮ ਦੀਆਂ ਕੈਸਟਾਂ ਤੇ ਰਿਕਾਰਡ ਵਿਕਦੇ ਨੇ ਜਦੋਂ ਅਸੀਂ ਉਸ ਸ਼ਾਪ ਦੇ ਓਨਰ ਨਾਲ ਪੋਡਕਾਸਟ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਬਜ਼ੁਰਗ ਅੱਜ ਵੀ ਜਾਂਦੇ ਨੇ ਤੇ ਤੁਸੀਂ ਵੀ ਸੁਣੋ ਕਿ ਹੋਰ ਕੀ ਕੀ ਕਿਹਾ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਬਾਰੇ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਹੈ ਨਾ ਉਹਦੇ ਵਿੱਚ ਤੁਹਾਨੂੰ ਕਿਹੜਾ ਕਲਾਕਾਰ ਲੱਗਦਾ ਵੀ ਇਹ ਕਲਾਕਾਰ ਵਧੀਆ ਗਾ ਰਿਹਾ ਆਪਣੇ ਟਾਈਮ ਤੇ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਸਾਡਾ ਮੂਸੇਵਾਲਾ ਸੀਗਾ ਸਿੱਧੂ ਮੂਸੇਵਾਲਾ ਜੀ ਜੀ ਇਸ ਬੰਦੇ ਨੇ ਉਹ ਵਰਲਡ ਦੇ ਵਿੱਚ ਆਪਾਂ ਨਾਂ ਕਮਾ ਦਿਆ ਮਿਊਜ਼ਿਕ ਡਾਇਰੈਕਟਰਾਂ ਦਾ ਵੀ ਆਪਣਾ ਵੀ ਤੇ ਪੰਜਾਬੀ ਬੋਲੀ ਮੰਗਾ ਵੀ ਇਹ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਅੱਛਾ ਕੰਮ ਕਰਿਆ ਇਸ ਜੀ ਵਿੱਚ ਉੱਥੇ ਉਠੀ ਜੀ ਡਿਮਾਂਡ ਅੱਜ ਵੀ ਲੋਕਾਂ ਨੂੰ ਮੰਗਦੇ ਨੇ ਆਗੇ ਅੱਛਾ ਦੇਖੋ ਗੱਲ ਉਹੀ ਆਗੇ ਨੇ ਜਿਹੜੀ ਚੀਜ਼ ਮੰਗਦੇ ਨੇ ਉਹ ਚੀਜ਼ ਦੋ ਪਰਮਾਤਮਾ ਰੱਖਦਾ ਫਿਰ ਉੱਥੇ ਰਹਿਣਾ ਪੈਂਦਾ ਜੋ ਉਹਨਾਂ ਦੀ ਮਰਤੀ ਹੋਈ ਹੈ ਹੈਗਾ ਸਾਨੂੰ ਵੀ ਬੜਾ ਦੁੱਖ ਹੋਇਆ ਇਸ ਚੀਜ਼ ਦਾ ਬਹੁਤ ਦੁੱਖ ਹੋਇਆ ਕਿ ਦੇਖੋ ਇੱਕ ਸਾਡਾ ਇੱਕ ਬੱਚਾ ਐਨੀ ਆਪਣੀ ਉਗੇ ਵਿੱਚ ਜਾਣਾ ਸੀ ਇਹਨਾਂ ਪਤਾ ਨਹੀਂ ਸਾਡੇ ਪੰਜਾਬ ਦਾ ਆਇਆ ਸਾਡੇ ਇੰਡੀਆ ਦਾ ਕਿੰਨਾ ਨਾਮ ਰੋਸ਼ਨ ਹੋਣਾ ਸੀ ਜੇ ਅਗਰ ਹੋਰ ਕਿਸੀ 25 30 40 ਸਾਲ ਲੈ ਜਾਂਦਾ ਬਿਲਕੁਲ ਬਿਲਕੁਲ ਬਹੁਤ ਤਰੱਕੀ ਕਰਨੀ ਸਹੀ ਬੰਦੇ ਹੁਣ ਮੇਰਾ ਪੋਤਾ ਸਾਰਾ ਦਿਨ ਨਹੀਂ ਗੀਂਦਾ ਸਿੰਧੂ ਮੁੱਸੇ ਵਾਲਾ ਸਿੰਧੂ ਮੁੱਸੇ ਵਾਲਾ ਮਤਲਬ ਲੋਕ ਆਉਂਦੇ ਨੇ ਕੀ ਡਿਮਾਂਡ ਕਿਦਾਂ ਮਤਲਬ ਗਾਣਿਆਂ ਦੀ ਵਿਆਹ ਦੇ ਗਾਣੇ ਚਾਹੀਦੇ ਨੇ ਸਿੰਧੂ ਮੁੱਸੇ ਵਾਲੇ ਦੇ ਸੰਬੰਧ ਕੀ ਦੇ ਵਿੱਚ ਮਤਲਬ ਪੈਨ ਡਰਾਈਵ ਵਗੈਰਾ ਓਕੇ ਓਕੇ ਮੈਂ ਉਹੀ ਪੁੱਛ ਰਿਹਾ ਪੋਤਾ ਪੈਨ ਡਰਾਈਵ ਹੀ ਹੈ ਉਹਦਾ ਔਰ ਕੋਈ ਆਲਟਰਨੇਟ ਹੀ ਨਹੀਂ ਮੈਂ ਉਹੀ ਪੁੱਛ ਰਿਹਾ ਕਿਉਂਕਿ ਅੱਜ ਕੱਲ ਆਨਲਾਈਨ ਵੀ ਸਾਰੇ ਡਾਊਨਲੋਡ ਕਰ ਲੈਂਦੇ ਨੇ ਪਰ ਪੈਂਡਰਾਈਵ ਦਾ ਹਜੇ ਜਿਹੜੇ ਗਾਣੇ ਬਜ਼ੁਰਗ ਨੇ ਆ ਜਿਹੜਾ ਸੀੜੀਆਂ ਹੀ ਮਿਲਾ ਕੇ ਦਿੰਦੇ ਆ ਹੁਣ ਜਿਹੜੇ ਹੁਣ ਜਿਹੜੇ ਆਉਂਦੇ ਨੇ ਬਾਹਰੋਂ ਕਿਹੜੀ ਕੀ ਪਤਾ ਵੀ ਕਿੱਥੋਂ ਡਾਊਨਲੋਡ ਕਰਨਾ ਕਿੱਥੋਂ ਕੋਈ ਬਜ਼ੁਰਗ ਵੀ ਆਉਂਦੇ ਨੇ ਭਾਜੀ ਉੱਥੇ ਸਿੱਧੂ ਮੂਸੇਵਾਲਾ ਦੇ ਗਾਣੇ ਪਰੋਂਦੇ ਆ ਬਜ਼ੁਰਗ ਵੀ ਆਉਂਦੇ ਨੇ ਜਦੋਂ ਹੁਣ ਆਇਆ ਸੀ ਤਾਂ ਪਿੱਛੇ ਆਇਆ ਸੀ ਹਰ ਬੰਦੇ ਦੀ ਆਪਣੀ ਆਪਣੀ ਕਈਆਂ ਕੱਲਾ ਨਾਲ ਸਾਡੀ ਗੱਡੀ ਚੱਲਦੀ ਹੀ ਰਹਿੰਦਾ ਕੋਈ ਚੰਗਾ ਸੰਬੰਧਾ ਕੋਈ ਮਾੜਾ ਸੰਬੰਧਾ ਰੂਸੀ ਦਾ ਟੇਸਟ ਆਪਣਾ ਹੈ ਕ੍ਰੈਡਿਟ ਦੇ ਰਹੇ ਆ ਉਹ ਪੂਰਾ A1 ਕ੍ਰੈਡਿਟ ਹੈ ਓਕੇ ਉਹ ਕੀ ਮਿਹਨਤ ਨੂੰ ਕਰਾ ਡਟ ਜੀ 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 ਤੇ ਉਹਨਾਂ ਦਾ ਹੁਣ ਮਤਲਬ ਜਿੰਨੇ ਵੀ ਗਾਣੇ ਆਏ ਨੇ ਤੁਹਾਨੂੰ ਕਿਹੜਾ ਵਧੀਆ ਲੱਗਦਾ ਗਾਣਾ ਮਨ ਦਾ ਸਾਰੀ ਵਧੀਆ ਲੱਗਿਆ 295 ਰੱਬ ਗਿਆ ਤੁਹਾਡੇ ਇਸ ਚੈਨਲ ਦੀ ਬਹੁਤ ਇੰਟਰਵਿਊ ਵਧੀਆ ਲੱਗੀ ਜੀ ਜੀ ਤੁਹਾਡੀ ਬਹੁਤ ਸਭ ਤੋਂ ਬੈਸਟ ਡੀਲਿੰਗ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਕਿਤੇ ਨਹੀਂ ਮਿਲਣੀਆਂ ਪੁਰਾਣੇ ਦੌਰ ਦੀਆਂ ਤੇ ਨਵੇਂ ਦੌਰ ਦੀਆਂ ਵੀ ਹੁਣੇ ਰੱਖ ਰਹੇ ਨੇ ਤੇ ਉਹ ਚੀਜ਼ਾਂ ਤੁਹਾਨੂੰ 뮤직 ਕੋਰਨਰ ਤੋਂ ਮਿਲਣਗੀਆਂ ਸੋ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਚੰਡੀਗੜ੍ਹ ਸੈਕਟਰ 17 ਦੇ ਵਿੱਚ ਤੇ ਭਾਜੀ ਥੈਂਕ ਯੂ ਟਾਈਮ ਦੇਣ ਲਈ ਓਕੇ ਭਾਜੀ ਓਕੇ ਥੈਂਕ ਯੂ